ਹਾਂਜੀ, ਗੁੱਡ ਈਵਨਿੰਗ ਸਾਰਿਆਂ ਨੂੰ ਜੀ। ਅੱਜ ਜਿਵੇਂ ਹੁਣ 6 ਸਤੰਬਰ ਦੀ ਜਿਹੜੀ 5 ਸਤੰਬਰ ਦੀ ਸ਼ਿਫਟ ਖਤਮ ਹੋਈ ਹੈ, ਜਿਹੜੀ ਅੱਜ ਦੀ ਸੈਕਿੰਡ ਸ਼ਿਫਟ, ਤਾਂ ਉਹਦਾ ਆਪਾਂ ਪੇਪਰ ਦੀ ਡਿਸਕਸ਼ਨ ਕਰਨ ਲੱਗੇ ਹਾਂ। ਫਸਟ ਸ਼ਿਫਟ ਆਪਣਾ ਕੋਈ ਬੱਚਾ ਹੈ ਨਹੀਂ ਸੀ ਅੱਜ, ਤਾਂ ਇਸ ਕਰਕੇ ਆਪਾਂ ਨੂੰ ਪਤਾ ਨਹੀਂ ਲੱਗਿਆ, ਪਰ ਫਿਰ ਵੀ ਜੇ ਕਿਸੇ ਬੱਚੇ ਨੂੰ ਪਤਾ ਹੋਵੇ ਫਸਟ ਸ਼ਿਫਟ ਦੇ ਕੁਐਸਚਨਸ ਬਾਰੇ, ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ, ਮੈਂ ਉਸ 'ਤੇ ਵੀਡੀਓ ਬਣਾ ਦੂੰਗਾ। ਅਤੇ ਅੱਜ ਦੇ ਕੁਐਸਚਨ ਸੀਗੇ ਵੀ ਆਰਟੀਕਲ 110 ਬਾਰੇ ਪੁੱਛਿਆ ਹੋਇਆ ਸੀਗਾ, ਆਰਟੀਕਲ ਨਾਗਰਿਕਤਾ ਦਾ ਪੁੱਛਿਆ ਹੋਇਆ ਸੀਗਾ, ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ, ਇਹ ਕੁਐਸਚਨ ਸੀਗਾ। ਫਿਰ ਸੀਗਾ ਨੈਸਲੇ ਕੰਪਨੀ ਪੰਜਾਬ ਵਿੱਚ ਕਿੱਥੇ ਹੈ, ਬਠਿੰਡਾ। ਫਿਰ ਇਹ ਪੁੱਛਿਆ ਹੋਇਆ ਸੀਗਾ ਮਲੋਟ ਸ਼ਹਿਰ ਪੰਜਾਬ ਵਿੱਚ ਕਿੱਥੇ ਹੈ, ਬਠਿੰਡੇ ਦੇ ਵਿੱਚ, ਬਠਿੰਡੇ ਜ਼ਿਲ੍ਹੇ 'ਚ ਪੈਂਦਾ। ਫਿਰ ਇੱਕ ਕੋਈ ਮੈਮੋਰੀਅਲ ਪਾਰਕ ਜਿਹੜਾ ਸੀਗਾ ਉਹਦੇ ਬਾਰੇ ਪੁੱਛਿਆ ਹੋਇਆ ਸੀਗਾ, ਉਹ ਨਹੀਂ ਪਤਾ, ਪਰ ਤੁਸੀਂ ਪੰਜਾਬ ਦੇ ਜਿੰਨੇ ਵੀ ਮੈਮੋਰੀਅਲ ਪਾਰਕ ਨੇ ਉਹ ਸਾਰੇ ਤੁਸੀਂ ਪੜ੍ਹ ਲਓ ਇੱਕ ਵਾਰ, ਕਿਉਂਕਿ ਹੁਣ ਇਹਨਾਂ 'ਤੇ ਪੁੱਛਿਆ ਜਾਊਗਾ ਤੁਹਾਨੂੰ ਕੁਐਸਚਨ। ਜਿਵੇਂ ਕਿ ਹੁਣ ਪੁੱਛਿਆ ਜਿਹੜਾ ਪਿਛਲਾ T20 ਵਰਲਡ ਕੱਪ ਹੋਇਆ ਉਹਦੇ ਵਿੱਚ ਸਭ ਤੋਂ ਵੱਧ ਸਕੋਰ ਕਿਹਨੇ ਬਣਾਏ, 296 ਰਨ ਬਣਾਏ ਸੀਗੇ ਵਿਰਾਟ ਕੋਹਲੀ ਨੇ। ਤਾਂ T20 ਵਰਲਡ ਕੱਪ ਦੇ ਨਾਲ ਰਿਲੇਟਡ ਕੁਐਸਚਨ ਵੀ ਤੁਹਾਨੂੰ ਆ ਸਕਦੇ ਨੇ ਹੁਣ ਅੱਗੇ, ਜਿਹੜੀਆਂ ਲਾਸਟ ਸ਼ਿਫਟਾਂ ਰਹਿ ਗਈਆਂ ਹੁਣ ਦੀਆਂ। ਫਿਰ ਏਸ਼ੀਆ ਕੱਪ ਫੁੱਟਬਾਲ ਨੈਕਸਟ ਕਿੱਥੇ ਹੈ, ਨੈਕਸਟ ਕਿੱਥੇ ਹੋਣਾ, ਇਹ ਧਿਆਨ ਨਾਲ ਪੜ੍ਹ ਲਓ, ਫੁੱਟਬਾਲ ਦਾ ਏਸ਼ੀਆ ਕੱਪ ਜਿਹੜਾ ਹੈ। ਇੱਕ ਯੋਜਨਾ ਆਈ ਸੀਗੀ 2023 ਦੀ ਸਿਹਤ ਨਾਲ ਸੰਬੰਧਿਤ, ਉਹ ਸੀਗੀ ਅੰਸ਼ੂਮਨ ਭਾਰਤ ਯੋਜਨਾ। ਫਿਰ ਪੁੱਛਿਆ ਸੀਗਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਕਿੱਥੇ ਹੈ, ਤਲਵੰਡੀ ਸਾਬੋ। ਫਿਰ ਇੱਕ ਕੋਈ ਸਕੀਮ ਇੱਦਾਂ ਦੀ ਸੀਗੀ ਜਿਹੜੀ 2023 ਤੋਂ 2046 ਤੱਕ ਚੱਲਣੀ ਹੈ, ਕੋਈ ਸ਼ਾਇਦ ਡਿਜੀਟਲ ਇੰਡੀਆ ਨਾਲ ਰਿਲੇਟਡ ਸੀ, ਇੱਦਾਂ ਦਾ ਕੋਈ ਕੁਐਸਚਨ ਸੀਗਾ ਜਿਹੜਾ ਬੱਚੇ ਨੇ ਦੱਸਿਆ ਆਪਾਂ ਨੂੰ। ਬਾਕੀ ਮੈਥ ਦੇ ਵਿੱਚ ਉੱਦਾਂ ਹੀ ਹੈ, ਮਿਕਸਚਰ ਐਲੀਗੇਸ਼ਨ ਜ਼ਰੂਰ ਆਇਆ ਅੱਜ, ਦੋ ਕੁਐਸਚਨ ਐਵਰੇਜ ਦਾ, ਇੱਕ ਸੀਗਾ ਪ੍ਰੋਫਿਟ ਲੋਸ 2, ਸਿੰਪਲ ਇੰਟਰਸਟ 1, DI 1, ਸਿੰਪਲੀਫਿਕੇਸ਼ਨ 2, ਬਾਕੀ ਵੀ ਹੋਣੇ ਆ, ਬਸ ਜਿੰਨੇ ਦੱਸੇ ਆਪਾਂ ਤੁਹਾਨੂੰ ਦੱਸਤੇ। ਸਿਟਿੰਗ ਅਰੇਂਜਮੈਂਟ ਆਈ ਹੋਈ ਆ, ਡਾਇਰੈਕਸ਼ਨ, ਨੰਬਰ ਸੀਰੀਜ਼, ਕੋਡਿੰਗ, ਬੋਡ ਮਾਸ ਦਾ ਕੁਐਸਚਨ ਆਇਆ ਇੱਕ, ਬਲੱਡ ਰਿਲੇਸ਼ਨ ਹੋ ਗਿਆ, ਸਲੋਗਿਜ਼ਮ ਹੋ ਗਿਆ। ਬਾਕੀ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਧੰਨਵਾਦ।